ਪੰਜਾਬ ਦੇ ਖਰਚੇ ਦੇ ਉੱਪਰ ਬਾਹਰਲੀਆਂ ਸਟੇਟਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ। ਕੱਲ ਵੀ ਉਹ ਉੱਥੇ ਜਾ ਕੇ ਮੀਡੀਆ ਦੇ ਸਾਹਮਣੇ ਰੋਏ ਨੇ। ਯੈਸ ਸਾਹਿਬ, ਮੈਂ ਦੇਖਿਆ ਕਿ ਵੈਸੇ ਤਾਂ ਮਾਡਲ ਕੋਡ ਆਫ ਕੰਡਕਟ ਲੱਗ ਚੁੱਕਾ ਵਾ। ਅਗਰ ਉਹ ਸਰਕਾਰੀ ਜਹਾਜ਼ ਦਾ ਦੁਰਉਪਯੋਗ ਕਰ ਰਹੇ ਨੇ ਤਾਂ ਸਰਾਸਰ ਗਲਤ ਹੈਗਾ। ਜਿਹੜਾ ਉਹ ਪਹਿਲਾਂ ਚੋਣ ਜ਼ਾਬਤੇ ਤੋਂ ਜੋ ਦੁਰਉਪਯੋਗ ਉਹਨਾਂ ਨੇ ਕੀਤਾ, ਕੇਜਰੀਵਾਲ ਨੇ ਭਗਵੰਤ ਮਾਨ ਨੂੰ ਬਤੌਰ ਡਰਾਈਵਰ ਯੂਜ਼ ਕੀਤਾ ਵਾ। ਸਾਡਾ ਜਹਾਜ਼ ਕਦੀ ਚੇਨਈ, ਕਦੀ ਬੈਂਗਲੌਰ, ਕਦੀ ਤੁਹਾਡੇ ਝਾਰਖੰਡ ਅਤੇ ਕਦੀ ਉੱਥੇ ਬਿਹਾਰ ਦੇ ਵਿੱਚ ਜਾਂਦਾ ਰਿਹਾ, ਜਿਹਦਾ ਕੋਈ ਮਕਸਦ ਨਹੀਂ ਸੀਗਾ, ਸਿਰਫ ਕੇਜਰੀਵਾਲ ਨੂੰ ਫੈਸਿਲੀਟੇਟ ਕਰਨ ਵਾਸਤੇ, ਉਹਦੀ ਪੋਲੀਟਿਕਸ ਨੂੰ ਪ੍ਰਮੋਟ ਕਰਨ ਵਾਸਤੇ। ਹੀ ਵਾਜ਼ ਫਲਾਇੰਗ ਦ ਏਅਰਕ੍ਰਾਫਟ ਆਫ ਪੰਜਾਬ, ਜਿਹੜਾ ਕਿ ਗਲਤ ਸੀਗਾ। ਔਰ ਅੱਜ ਵੀ ਜਿਹੜਾ ਹੁਣ ਰੋਏ ਨੇ ਇੱਕ ਮਿੰਟ ਵਾਸਤੇ, ਉਹਨਾਂ ਨੂੰ ਉਦਣ ਰੋਣਾ ਨਹੀਂ ਆਇਆ ਜਿੱਦਣ ਭਾਈ ਅੰਮ੍ਰਿਤਪਾਲ ਦੀਆਂ ਔਰਤਾਂ ਅਤੇ ਉਹਦੀ ਮਾਂ ਭੁੱਖੀ ਬੈਠੀ ਸੀਗੀ ਅੰਮ੍ਰਿਤਸਰ ਭੁੱਖ ਹੜਤਾਲ 'ਤੇ, ਉਹਦੀ ਮਾਂ ਨੂੰ ਜਿੱਦਣ ਗ੍ਰਿਫਤਾਰ ਕੀਤਾ, ਇਹਨੂੰ ਉਦਣ ਰੋਣਾ ਨਹੀਂ ਆਇਆ। ਜਿੱਦਣ ਸ਼ੁਭਕਰਨ ਮਰਿਆ ਵਾ, ਸਾਡਾ ਕਿਸਾਨ ਇੱਥੇ ਗੋਲੀ ਵੱਜ ਗਈ ਉਹਦੇ, ਉਦਣ ਭਗਵੰਤ ਨੂੰ ਮਾਂ ਨੂੰ ਰੋਣਾ ਨਹੀਂ ਆਇਆ ਇੱਕ ਮਿੰਟ ਲਈ? ਜਦੋਂ ਸਾਡੇ ਕਿਸਾਨ ਕੁੱਟੇ ਗਏ ਨੇ ਉੱਥੇ ਸ਼ੰਭੂ ਬਾਰਡਰ, ਉਦਣ ਰੋਣਾ ਨਹੀਂ ਆਇਆ? ਜਿੱਦਣ ਸਾਡੀਆਂ ਧੀਆਂ ਭੈਣਾਂ ਦੇ ਚੈਨੀਆਂ ਸਨੈਚ ਹੁੰਦੀਆਂ, ਡਰੱਗ ਵਾਲੇ ਐਲੀਮੈਂਟ ਚਾ ਕੇ ਉਹਨਾਂ ਦੇ ਗਲਾਂ 'ਚੋਂ ਖੋਹ ਲੈਂਦੇ ਨੇ, ਵਾਲੀਆਂ ਕੰਨ ਪਾੜ ਦਿੰਦੇ ਨੇ, ਉਹਨੂੰ ਰੋਣਾ ਨਹੀਂ ਆਇਆ? ਇਸ ਨੂੰ ਸਰਬਜੀਤ ਕੌਰ ਮਾਣੂਕੇ ਨੇ ਇੱਕ ਜਗਰਾਉਂ ਦੀ NRA ਦੀ ਕੋਠੀ 'ਤੇ ਕਬਜ਼ਾ ਕਰਤਾ, ਰੋਣਾ ਨਹੀਂ ਆਇਆ? ਕਟਾਰੂ ਚੱਕ ਨੇ ਬਦਫੈਲੀ ਕਰਦੇ ਇੱਕ ਨੌਜਵਾਨ ਨੂੰ ਐਕਸਪਲੋਇਟ ਕੀਤਾ, ਉਦਣ ਰੋਣਾ ਨਹੀਂ ਆਇਆ ਇਸ ਨੂੰ? ਦੇਅਰਫੋਰ ਆਹ ਜਿਹੜਾ ਰੋਇਆ ਵਾ ਇਹ ਪਖੰਡ ਸੀ ਉਹਦਾ। ਔਰ ਕੇਜਰੀਵਾਲ ਇੱਕ ਮਲਟੀ 100 ਕਰੋੜ ਸ਼ਰਾਬ ਘੁਟਾਲੇ ਵਿੱਚ ਇੰਡਾਈਟਡ ਹੈ, ਹੀ ਹੈਜ਼ ਬੀਨ ਅਰੈਸਟਡ। ਉਸ ਨੂੰ ਹਾਈਕੋਰਟ ਨੇ ਜਦੋਂ ਬੇਲ ਆਪਣੇ ਚੈਲੰਜ ਕੀਤਾ, ਹਾਈਕੋਰਟ ਨੇ ਕਿਹਾ ਕਿ ਸਾਡੇ ED ਕੋਲ ਪੁਖਤਾ ਸਬੂਤ ਨੇ ਦੈਟ ਹੀ ਕੈਨੋਟ ਬੀ ਰਿਲੀਜ਼ਡ। ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਇਮਾਨਦਾਰ ਹਾਂ। ਇਸ ਕਰਕੇ ਇਹ ਉਹਦਾ ਜਿਹੜਾ ਰੋਣਾ ਸੀਗਾ, ਇਹ ਮੈਨੂੰ ਲੱਗ ਰਿਹਾ ਕਿ ਉਹਨੂੰ ਪੰਜਾਬ ਤੋਂ ਘਬਰਾਹਟ ਆ ਰਹੀ ਆ। ਇਹ ਹੁਣ ਇਮੋਸ਼ਨਲ ਕਾਰਡ ਖੇਡ ਰਿਹਾ ਕਿ ਮੈਂ ਕਿਸੇ ਤਰੀਕੇ ਨਾਲ ਬਚਾਂ ਤੇ ਜਜ਼ਬਾਤ। ਮੰਤਰੀ ਪੰਜਾਬ ਦੇ ਖਰਚੇ ਦੇ ਉੱਪਰ ਬਾਹਰਲੀਆਂ ਸਟੇਟਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ, ਕੱਲ ਵੀ ਉਹ ਉੱਥੇ ਜਾ ਕੇ ਮੀਡੀਆ ਦੇ ਸਾਹਮਣੇ ਰੋਏ ਨੇ। ਯੈਸ ਸਾਹਿਬ, ਮੈਂ ਦੇਖਿਆ ਕਿ ਵੈਸੇ ਤਾਂ ਮਾਡਲ ਕੋਡ ਆਫ ਕੰਡਕਟ ਲੱਗ ਚੁੱਕਾ ਵਾ। ਅਗਰ ਉਹ ਸਰਕਾਰੀ ਜਹਾਜ਼ ਦਾ ਦੁਰਉਪਯੋਗ ਕਰ ਰਹੇ ਨੇ ਤਾਂ ਸਰਾਸਰ ਗਲਤ ਹੈਗਾ। ਜਿਹੜਾ ਉਹ ਪਹਿਲਾਂ ਚੋਣ ਜ਼ਾਬਤੇ ਤੋਂ ਜੋ ਦੁਰਉਪਯੋਗ ਉਹਨਾਂ ਨੇ ਕੀਤਾ, ਕੇਜਰੀਵਾਲ ਨੇ ਭਗਵੰਤ ਮਾਨ ਨੂੰ ਬਤੌਰ ਡਰਾਈਵਰ ਯੂਜ਼ ਕੀਤਾ ਵਾ। ਸਾਡਾ ਜਹਾਜ਼ ਕਦੀ ਚੇਨਈ, ਕਦੀ ਬੈਂਗਲੌਰ, ਕਦੀ ਤੁਹਾਡੇ ਝਾਰਖੰਡ ਅਤੇ ਕਦੀ ਉੱਥੇ ਬਿਹਾਰ ਦੇ ਵਿੱਚ ਜਾਂਦਾ ਰਿਹਾ, ਜਿਹਦਾ ਕੋਈ ਮਕਸਦ ਨਹੀਂ ਸੀਗਾ, ਸਿਰਫ ਕੇਜਰੀਵਾਲ ਨੂੰ ਫੈਸਿਲੀਟੇਟ ਕਰਨ ਵਾਸਤੇ, ਉਹਦੀ ਪੋਲੀਟਿਕਸ ਨੂੰ ਪ੍ਰਮੋਟ ਕਰਨ ਵਾਸਤੇ। ਹੀ ਵਾਜ਼ ਫਲਾਇੰਗ ਦ ਏਅਰਕ੍ਰਾਫਟ ਆਫ ਪੰਜਾਬ, ਜਿਹੜਾ ਕਿ ਗਲਤ ਸੀਗਾ। ਔਰ ਅੱਜ ਵੀ ਜਿਹੜਾ ਹੁਣ ਰੋਏ ਨੇ ਇੱਕ ਮਿੰਟ ਵਾਸਤੇ, ਉਹਨਾਂ ਨੂੰ ਉਦਣ ਰੋਣਾ ਨਹੀਂ ਆਇਆ ਜਿੱਦਣ ਭਾਈ ਅੰਮ੍ਰਿਤਪਾਲ ਦੀਆਂ ਔਰਤਾਂ ਅਤੇ ਉਹਦੀ ਮਾਂ ਭੁੱਖੀ ਬੈਠੀ ਸੀਗੀ ਅੰਮ੍ਰਿਤਸਰ ਭੁੱਖ ਹੜਤਾਲ 'ਤੇ, ਉਹਦੀ ਮਾਂ ਨੂੰ ਜਿੱਦਣ ਗ੍ਰਿਫਤਾਰ ਕੀਤਾ, ਇਹਨੂੰ ਉਦਣ ਰੋਣਾ ਨਹੀਂ ਆਇਆ? ਜਿੱਦਣ ਸ਼ੁਭਕਰਨ ਮਰਿਆ ਵਾ, ਸਾਡਾ ਕਿਸਾਨ ਇੱਥੇ ਗੋਲੀ ਵੱਜ ਗਈ ਉਹਦੇ, ਉਦਣ ਭਗਵੰਤ ਨੂੰ ਮਾਨ ਨੂੰ ਰੋਣਾ ਨਹੀਂ ਆਇਆ ਇੱਕ ਮਿੰਟ ਲਈ? ਜਦੋਂ ਸਾਡੇ ਕਿਸਾਨ ਕੁੱਟੇ ਗਏ ਨੇ ਉੱਥੇ ਸ਼ੰਭੂ ਬਾਰਡਰ, ਉਦਣ ਰੋਣਾ ਨਹੀਂ ਆਇਆ? ਜਿੱਦਣ ਸਾਡੀਆਂ ਧੀਆਂ ਭੈਣਾਂ ਦੇ ਚੈਨੀਆਂ ਸਨੈਚ ਹੁੰਦੀਆਂ, ਡਰੱਗ ਵਾਲੇ ਐਲੀਮੈਂਟ ਚਾ ਕੇ ਉਹਨਾਂ ਦੇ ਗਲਾਂ 'ਚੋਂ ਖੋਹ ਲੈਂਦੇ ਨੇ, ਵਾਲੀਆਂ ਕੰਨ ਪਾੜ ਦਿੰਦੇ ਨੇ, ਉਹਨੂੰ ਰੋਣਾ ਨਹੀਂ ਆਇਆ? ਇਸ ਨੂੰ ਸਰਬਜੀਤ ਕੌਰ ਮਾਣੂਕੇ ਨੇ ਇੱਕ ਜਗਰਾਉਂ ਦੀ NRA ਦੀ ਕੋਠੀ 'ਤੇ ਕਬਜ਼ਾ ਕਰਤਾ, ਰੋਣਾ ਨਹੀਂ ਆਇਆ? ਕਟਾਰੂ ਚੱਕ ਨੇ ਬਦਫੈਲੀ ਕਰਦੇ ਇੱਕ ਨੌਜਵਾਨ ਨੂੰ ਐਕਸਪਲੋਇਟ ਕੀਤਾ, ਉਦਣ ਰੋਣਾ ਨਹੀਂ ਆਇਆ ਇਸ ਨੂੰ? ਦੇਅਰਫੋਰ ਆਹ ਜਿਹੜਾ ਰੋਇਆ ਵਾ ਇਹ ਪਖੰਡ ਸੀ ਉਹਦਾ। ਔਰ ਕੇਜਰੀਵਾਲ ਇੱਕ ਮਲਟੀ 100 ਕਰੋੜ ਸ਼ਰਾਬ ਘੁਟਾਲੇ ਵਿੱਚ ਇੰਡਾਈਟਡ ਹੈ, ਹੀ ਹੈਜ਼ ਬੀਨ ਅਰੈਸਟਡ। ਉਸ ਨੂੰ ਹਾਈਕੋਰਟ ਨੇ ਜਦੋਂ ਬੇਲ ਆਪਣੇ ਚੈਲੰਜ ਕੀਤਾ, ਹਾਈਕੋਰਟ ਨੇ ਕਿਹਾ ਕਿ ਸਾਡੇ ED ਕੋਲ ਪੁਖਤਾ ਸਬੂਤ ਨੇ ਦੈਟ ਹੀ ਕੈਨੋਟ ਬੀ ਰਿਲੀਜ਼ਡ। ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਇਮਾਨਦਾਰ ਹਾਂ। ਇਸ ਕਰਕੇ ਇਹ ਉਹਦਾ ਜਿਹੜਾ ਰੋਣਾ ਸੀਗਾ, ਇਹ ਮੈਨੂੰ ਲੱਗ ਰਿਹਾ ਕਿ ਉਹਨੂੰ ਪੰਜਾਬ ਤੋਂ ਘਬਰਾਹਟ ਆ ਰਹੀ ਆ। ਇਹ ਹੁਣ ਇਮੋਸ਼ਨਲ ਕਾਰਡ ਖੇਡ ਰਿਹਾ ਕਿ ਮੈਂ ਕਿਸੇ ਤਰੀਕੇ ਨਾਲ ਬਚਾਂ
ਤੇ ਜਜ਼ਬਾਤ ਮੰਤਰੀ ਪੰਜਾਬ ਦੇ ਖਰਚੇ ਦੇ ਉੱਪਰ ਬਾਹਰਲੀਆਂ ਸਟੇਟਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ, ਕੱਲ ਵੀ ਉਹ ਉੱਥੇ ਜਾ ਕੇ ਮੀਡੀਆ ਦੇ ਸਾਹਮਣੇ ਰੋਏ ਨੇ। ਯੈਸ ਸਾਹਿਬ, ਮੈਂ ਦੇਖਿਆ ਕਿ ਵੈਸੇ ਤਾਂ ਮਾਡਲ ਕੋਡ ਆਫ ਕੰਡਕਟ ਲੱਗ ਚੁੱਕਾ ਵਾ, ਅਗਰ ਉਹ ਸਰਕਾਰੀ ਜਹਾਜ਼ ਦਾ ਦੁਰਉਪਯੋਗ ਕਰ ਰਹੇ ਨੇ ਤਾਂ ਸਰਾਸਰ ਗਲਤ ਹੈਗਾ। ਜਿਹੜਾ ਉਹ ਪਹਿਲਾਂ ਚੋਣ ਜ਼ਾਬਤੇ ਤੋਂ ਜੋ ਦੁਰਉਪਯੋਗ ਉਹਨਾਂ ਨੇ ਕੀਤਾ, ਕੇਜਰੀਵਾਲ ਨੇ ਭਗਵੰਤ ਮਾਨ ਨੂੰ ਬਤੌਰ ਡਰਾਈਵਰ ਯੂਜ਼ ਕੀਤਾ ਵਾ। ਸਾਡਾ ਜਹਾਜ਼ ਕਦੀ ਚੇਨਈ, ਕਦੀ ਬੈਂਗਲੌਰ, ਕਦੀ ਤੁਹਾਡੇ ਝਾਰਖੰਡ ਅਤੇ ਕਦੀ ਉੱਥੇ ਬਿਹਾਰ ਦੇ ਵਿੱਚ ਜਾਂਦਾ ਰਿਹਾ, ਜਿਹਦਾ ਕੋਈ ਮਕਸਦ ਨਹੀਂ ਸੀਗਾ, ਸਿਰਫ ਕੇਜਰੀਵਾਲ ਨੂੰ ਫੈਸਿਲੀਟੇਟ ਕਰਨ ਵਾਸਤੇ, ਉਹਦੀ ਪੋਲੀਟਿਕਸ ਨੂੰ ਪ੍ਰਮੋਟ ਕਰਨ ਵਾਸਤੇ। ਹੀ ਵਾਜ਼ ਫਲਾਇੰਗ ਦ ਏਅਰਕ੍ਰਾਫਟ ਆਫ ਪੰਜਾਬ, ਜਿਹੜਾ ਕਿ ਗਲਤ ਸੀਗਾ। ਔਰ ਅੱਜ ਵੀ ਜਿਹੜਾ ਹੁਣ ਰੋਏ ਨੇ ਇੱਕ ਮਿੰਟ ਵਾਸਤੇ, ਉਹਨਾਂ ਨੂੰ ਉਦਣ ਰੋਣਾ ਨਹੀਂ ਆਇਆ ਜਿੱਦਣ ਭਾਈ ਅੰਮ੍ਰਿਤਪਾਲ ਦੀਆਂ ਔਰਤਾਂ ਅਤੇ ਉਹਦੀ ਮਾਂ ਭੁੱਖੀ ਬੈਠੀ ਸੀਗੀ ਅੰਮ੍ਰਿਤਸਰ ਭੁੱਖ ਹੜਤਾਲ 'ਤੇ, ਉਹਦੀ ਮਾਂ ਨੂੰ ਜਿੱਦਣ ਗ੍ਰਿਫਤਾਰ ਕੀਤਾ, ਇਹਨੂੰ ਉਦਣ ਰੋਣਾ ਨਹੀਂ ਆਇਆ। ਜਿੱਦਣ ਸ਼ੁਭਕਰਨ ਮਰਿਆ ਵਾ, ਸਾਡਾ ਕਿਸਾਨ ਇੱਥੇ ਗੋਲੀ ਵੱਜ ਗਈ ਉਹਦੇ, ਉਦਣ ਭਗਵੰਤ ਨੂੰ ਮਾਂ ਨੂੰ ਰੋਣਾ ਨਹੀਂ ਆਇਆ ਇੱਕ ਮਿੰਟ ਲਈ? ਜਦੋਂ ਸਾਡੇ ਕਿਸਾਨ ਕੁੱਟੇ ਗਏ ਨੇ ਉੱਥੇ ਸ਼ੰਭੂ ਬਾਰਡਰ, ਉਦਣ ਰੋਣਾ ਨਹੀਂ ਆਇਆ? ਜਿੱਦਣ ਸਾਡੀਆਂ ਧੀਆਂ ਭੈਣਾਂ ਦੇ ਚੈਨੀਆਂ ਸਨੈਚ ਹੁੰਦੀਆਂ, ਡਰੱਗ ਵਾਲੇ ਐਲੀਮੈਂਟ ਚਾ ਕੇ ਉਹਨਾਂ ਦੇ ਗਲਾਂ 'ਚੋਂ ਖੋਹ ਲੈਂਦੇ ਨੇ, ਵਾਲੀਆਂ ਕੰਨ ਪਾੜ ਦਿੰਦੇ ਨੇ, ਉਹਨੂੰ ਰੋਣਾ ਨਹੀਂ ਆਇਆ? ਇਸ ਨੂੰ ਸਰਬਜੀਤ ਕੌਰ ਮਾਣੂਕੇ ਨੇ ਇੱਕ ਜਗਰਾਉਂ ਦੀ NRA ਦੀ ਕੋਠੀ 'ਤੇ ਕਬਜ਼ਾ ਕਰਤਾ, ਰੋਣਾ ਨਹੀਂ ਆਇਆ? ਕਟਾਰੂ ਚੱਕ ਨੇ ਬਦ ਫੈਲੀ ਕਰਦੇ ਇੱਕ ਨੌਜਵਾਨ ਨੂੰ ਐਕਸਪਲੋਇਟ ਕੀਤਾ, ਉਦਣ ਰੋਣਾ ਨਹੀਂ ਆਇਆ ਇਸ ਨੂੰ? ਦੇਅਰਫੋਰ ਆਹ ਜਿਹੜਾ ਰੋਇਆ ਵਾ ਇਹ ਪਖੰਡ ਸੀ ਉਹਦਾ। ਔਰ ਕੇਜਰੀਵਾਲ ਇੱਕ ਮਲਟੀ 100 ਕਰੋੜ ਸ਼ਰਾਬ ਘੁਟਾਲੇ ਵਿੱਚ ਇੰਡਾਈਟਡ ਹੈ, ਹੀ ਹੈਜ਼ ਬੀਨ ਅਰੈਸਟਡ। ਉਸ ਨੂੰ ਹਾਈਕੋਰਟ ਨੇ ਜਦੋਂ ਬੇਲ ਆਪਣੇ ਚੈਲੰਜ ਕੀਤਾ, ਹਾਈਕੋਰਟ ਨੇ ਕਿਹਾ ਕਿ ਸਾਡੇ ED ਕੋਲ ਪੁਖਤਾ ਸਬੂਤ ਨੇ ਦੈਟ ਹੀ ਕੈਨੋਟ ਬੀ ਰਿਲੀਜ਼ਡ। ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਇਮਾਨਦਾਰ ਹਾਂ। ਇਸ ਕਰਕੇ ਇਹ ਉਹਦਾ ਜਿਹੜਾ ਰੋਣਾ ਸੀਗਾ, ਇਹ ਮੈਨੂੰ ਲੱਗ ਰਿਹਾ ਕਿ ਉਹਨੂੰ ਪੰਜਾਬ ਤੋਂ ਘਬਰਾਹਟ ਆ ਰਹੀ ਆ। ਇਹ ਹੁਣ ਇਮੋਸ਼ਨਲ ਕਾਰਡ ਖੇਡ ਰਿਹਾ ਕਿ ਮੈਂ ਕਿਸੇ ਤਰੀਕੇ ਨਾਲ ਬਚਾਂ ਤੇ ਜਜ਼ਬਾਤ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।